जी अस्सलाम वालेकुम दोस्तों, वेलकम बैक टू माय यूट्यूब चैनल उस्ताद बिला पिजन क्लब। तो उम्मीद है सब भाई ठीक ठाक होंगे, फिटफाट होंगे। दोस्तों गर्मी है जे के मैं कहना जान कट देने वाली गर्मी है, मार देने वाली जान लेवा गर्मी है। की करिए, साडा शौक है, असि करना है। ओ कबूतर बैठा है, इन्हें लगता गर्मी जी मर रहा है, इन्हू डको किड़ा आहो डक रहा नु। मोना जी ਦੋਸਤਾਂ ਅਸੀਂ ਵੀਡੀਓ ਐਡੀ ਧੁੱਪੇ ਆ ਕੇ ਬਣਾਉਂਦੇ ਆ, ਤਾਂ ਲੱਗਾ ਮੈਨੂੰ ਤੇ ਦੋਸਤ ਦਾ ਚੈਨਲ ਫੇਰ ਵੀ ਸਬਸਕ੍ਰਾਈਬ ਨਾ ਕਰਨ ਤੇ ਫੇਰ ਜ਼ਬਰਦਸਤ ਸ਼ਿਕਸ ਤੋਬਾ। ਦੋਸਤ ਅਗਰ ਚੈਨਲ ਫੇਰ ਵੀ ਸਬਸਕ੍ਰਾਈਬ ਨਾ ਕਰਨ ਤੇ ਫੇਰ ਨਹੀਂ ਕਰਦੇ ਪਏ ਨੇ ਯਾਰ, ਹੈਂ ਕਰਦੇ ਨੇ ਯਾਰ, ਬੜੀ ਦੇਰ ਬਾਅਦ ਪਿਆਰ ਕਰਦੇ, ਲਵ ਕਰਦੇ ਨੇ। ਆ ਵੇਖੋ ਦੋਸਤੋ, ਐ ਤਾਂ ਲਵ ਯੂ ਹੋ ਗਿਆ, ਸਪੈਸ਼ਲ ਲਵ ਯੂ ਹੋ ਗਿਆ। ਔਰ ਅਸਲ ਸ਼ਾਹ ਕੋ ਫਾਈਨਲੀ ਮਾਦੀ ਅਸੀਂ ਲਿੱਲੀ ਹੈ, ਕਿੰਨੇ ਦੀ ਲਿੱਤੀ ਹੈ ਕਿੰਨੇ ਦੀ ਨਹੀਂ ਲਿੱਤੀ ਉਹ ਛੰਮਾ ਹੀ ਤੁਹਾਨੂੰ ਦੱਸੇਗਾ, ਕਿਉਂਕਿ ਮੈਂ ਕੱਲ ਮੋਨਾ ਹੀ ਨਾਰਮਲ ਜਦੋਂ ਵੇਖਿਆ ਨਾ ਉਹ ਦੋਵਾਂ ਨੂੰ ਇਕੱਠੇ ਛੱਡਨੇ ਹੁਣ ਜੋੜਾ ਛੰਮਾ ਛੱਡੋ। ਆਏ ਹਾਏ ਹਾਏ ਹਾਏ, ਫੜਨਾ ਵਾਜੀ ਵਾਹ ਵਾਜੀ ਵਾਹ ਵਾਜੀ ਵਾਹ। ਦੋਸਤੋ ਕੀ ਹਾਲ ਹੈ, ਠੀਕ ਠਾਕ ਹੈ? ਮੈਂ ਤੁਹਾਨੂੰ ਰੁਮਾਲ ਚ ਮਿਲਾਂਗਾ ਜਦੋਂ ਵੀ ਛੱਤੇ ਮਿਲਾਂਗਾ, ਕਿਉਂਕਿ ਸਿਰ ਤੇ ਧੁੱਪ ਪੈਂਦੀ ਮੈਨੂੰ। ਤੂੰ ਰੁਮਾਲ ਚ ਮਿਲੇਗਾ ਤੇ ਮੈਂ ਤੁਹਾਨੂੰ ਕਾਲੇ ਰੰਗ ਚ ਮਿਲਾਂਗਾ। ਤੇ ਤੇਰਾ ਮਾਦੀ ਵੀ ਲੈਣ ਦੀ, ਮਾਦੀ ਤੇ ਛੱਡੀ ਲਿਆਓ ਲਿਆਓ ਲਿਆਓ, ਮੇਰੇ ਪਾਉ ਸੜਦੇ ਪੈਣੇ, ਜਲਦੀ ਲਿਆ ਤੂੰ। ਹਾਂਜੀ ਨਾਨੀ ਜੀ, ਹਾਂਜੀ ਸਰ ਜੀ, ਬੱਚੇ ਅੰਦਰ ਵੜੇ ਨੇ। ਆਹੋ ਯਾਰ ਪਾਣੀ ਵਾਲੀ ਪਾਣ ਆ ਰਿਹਾ। ਪਾਓ 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 ਨੇਕੀ ਕਮਾਓ, ਪਾਓ ਪਾਓ। ਆਏ ਹਾਏ ਹਾਏ ਹਾਏ, ਬੱਬਰ ਛੇਰੋ ਬੱਬਰ ਛੇਰੋ, ਜਿੰਦਾਬਾਦ ਜਿੰਦਾਬਾਦ। ਆਏ ਹਾਏ ਹਾਏ, ਮਾਸ਼ਾਅੱਲਾ, ਤੈਨੂੰ ਕੀ ਹੋ ਗਿਆ, ਤੇਰੇ ਬਰਗਰ ਅੜ ਗਿਆ। ਉਹ ਇੱਧਰ ਆ, ਨੇ ਸ਼ਵਾਰਮਾ ਖਾਦੇ, ਇਹਨੇ ਬੋਤਲ ਪਿਆ, ਬੋਤਲ ਪਿਆ ਨੂੰ ਉਹਨੂੰ, ਤੈਨੂੰ ਕੁਛ ਹੋ ਰਿਹਾ ਸਾਹਮਣੇ ਉਹਨੂੰ, ਇਹਨੂੰ ਉਹਨੇ ਸ਼ਵਾਰਮਾ ਖਾਦੇ, ਇਹਨੇ ਗਲੇ ਚੜ ਗਈ। ਗਰ ਮੇ ਕਿਤਨੀ ਰੋ, ਲਿਆ ਤੇਰਾ ਇੱਧਰ ਲਿਆ ਲਿਆ। ਮਾਈ ਤੁਸੀਂ ਤਾਂ ਆਪਣਾ ਬਚਾਇਆ ਹੁੰਦਾ, ਤੁਹਾਡੀ ਸ਼ਾਂਤ ਤੇ ਧੁੱਪ ਨਾ ਪਵੇ, ਕਿੱਥੇ ਤੁਹਾਡੀ ਅਕਲ ਤੇ ਧੁੱਪ ਨਾ ਪਵੇ, ਸ਼ਾਂਤ ਸ਼ਾਂਤ। ਮੋਰੇ ਪਾਉ ਸੜ ਗਏ, ਆਏ ਹਾਏ ਬਣੀ ਨਾ ਗੱਲ, ਇਹ ਬਣੀ ਗੱਲ, ਇੱਥੋਂ ਪਤਾ ਲੱਗਦਾ ਜੱਟ ਦੀ ਚੜਾਈ ਆ। ਤਸੱਲੀ ਨਾਲ ਤਸੱਲੀ ਨਾਲ ਚੈੱਕ ਕਰਾ ਦਰਾ ਦੋਸਤਾਂ, ਮਾਸ਼ਾਅੱਲਾ ਦੋਸਤੋ, ਕੈਸਾ ਜੋੜਾ ਲੱਗਿਆ, ਕੈਸਾ ਨਹੀਂ ਲੱਗਾ, ਕਿਸ ਤਰ੍ਹਾਂ ਦੇ ਕੱਢਣਗੇ ਇਹ ਵੀ ਦੱਸੋ ਜਰਾ, ਕਿਸ ਤਰ੍ਹਾਂ ਦੇ ਮੋਨਾ ਜੀ? ਬੱਚੇ ਕਾਲੇ ਕੱਢਣਗੇ, ਕਾਲੇ ਕੱਢਣਗੇ ਜਾਂ ਜ਼ੀਰੇ ਕੱਢਣਗੇ? ਜ਼ੀਰੇ ਬੱਚੇ, ਜ਼ੀਰੇ ਭੈਣ ਭੈਣ, ਤੁਹਾਨੂੰ ਕਹਿਤਾ ਮੇਰੇ ਧੁੱਪ ਵੱਜਦੀ ਏ, ਸਿੱਧੀ ਧੁੱਪ ਦੋਸਤੋ, ਬੜੀ ਗਰਮੀ ਜੀ ਯਾਰ, ਬਹੁਤ ਗਰਮੀ ਜੇ। ਚਾਹ ਸਾਈ ਕੇ ਨਹੀਂ, ਚਾਹ ਸਾਈ ਕੇ ਲਾ, ਮਾਸ਼ਾਅੱਲਾ ਜ਼ਰੂਰ ਬੋਲੀਏਗਾ ਦੋਸਤੋ। ਬੜਾ ਸੁਥਰਾ ਜੋੜਾ ਬਣਿਆ ਦੋਸਤੋ, ਉੱਡੀ ਉਡਾਈ ਮਾਦੀ ਜੇ ਤੇ ਬਰੀਡਰ ਨਾ ਰੇ, ਕਿਆ ਬਾਤ ਹੈ। ਛੰਮਾ ਹੀ ਇਹਨਾਂ ਨੇ ਬੱਚੇ ਡਾਣੇ ਜੇ, ਹਨੇਰੇ ਇਹਨਾਂ ਨੇ ਬੱਚੇ ਡਾਣੇ ਜੇ, ਅੱਲਾ ਖੈਰ ਕਰੇ। ਇਹਨਾਂ ਕੈਂਚੀ ਫੜ, ਕੈਂਚੀ ਫੜ, ਕੈਂਚੀ ਫੜ, ਮਾਸ਼ਾਅੱਲਾ 30,000 ਵਾਲਾ ਜੋੜਾ ਬਣ ਗਿਆ ਜੀ ਤੁਹਾਡਾ। ਕਬੂਤਰ ਦਾ ਵੀ ਮੈਂ ਕਬੂਤਰ ਨੂੰ ਕੈਟਾਗਰੀ ਚੈੱਕ ਕਰਾ ਦਿਆਂ, ਇਹਦਾ ਕਮੈਂਟ ਚ ਦੱਸਣਾ ਹੈ ਕਬੂਤਰੀ ਦੀ ਕੈਟਾਗਰੀ ਜ਼ਿਆਦਾ ਛੀ ਜਾਂ ਕਬੂਤਰ ਦੀ? ਇਹਨਾਂ ਦੇ ਬੱਚੇ ਪਤਾ ਕਿਹੜੇ ਬੰਦੇ ਨੇ, ਲਾਠੇ ਬੱਚੇ। ਕਿਹੜੇ ਬੱਚੇ? ਲਾਠੇ। ਉਹ ਕਿਹੜੇ ਲਾਠੇ ਆ ਗਏ? ਹਾਏ ਹਾਏ ਹਾਏ, ਕਬੂਤਰ ਦੀ ਜ਼ਿਆਦਾ ਕੈਟਾਗਰੀ ਕੀ ਗਈ ਹੈ ਕਬੂਤਰੀ ਦੀ, ਤਸੱਲੀ ਨਾਲ ਸ਼ੋਅ ਕਰੋ ਜ਼ਰਾ। ਮਾਸ਼ਾਅੱਲਾ, ਉਹ ਬੜਾ ਹੈਵੀ ਜੋੜਾ ਯਾਰ ਛੰਮਾ। ਮੁੰਨਾ ਹੀ ਕਬੂਤਰੀ ਆਪਣੀ ਕਲਾਸ ਸੀ, ਲੇਕਿਨ ਦੋਸਤਾਂ ਕੋ ਵੀ ਰਾਈ ਲਈ ਨਾ, ਬਹੁਤ ਆਲਾ। ਇਹ ਪਹਿਲਾ ਬੱਚਾ ਸਸ਼ਾ ਦਾ? ਹਾਂ ਸਸ਼ਾ ਨੂੰ ਵਾਧਾ ਹੋਇਆ ਕਿ ਸਸ਼ਾ ਨੂੰ ਵੀ ਜ਼ਿਆਦਾ ਬੱਚਾ ਆ, ਫੜ ਜ਼ਰਾ, ਬਹੁਤ ਆਲਾ। ਮੇਰੇ ਖਿਆਲ ਨਾਲ ਕਬੂਤਰ ਦੀ ਜ਼ਿਆਦਾ ਹੋਣੀ ਹੈ।
ਦੁਬਾਰਾ ਆਪਣੀ ਜਗ੍ਹਾ ਦੋਵੇਂ ਬੂਹਾ ਬੰਦ ਕਰ ਦੇ ਛੱਡ ਦੇ ਕਬੂਤਰੀ ਨੂੰ ਕੱਟ ਦੇ ਯਾਰ ਹੁਣ ਇਹਨੂੰ ਕਿਦੋਂ ਕੱਟਣਾ ਜਦੋਂ ਨਿਕਲ ਜਾਏਗੀ ਬੱਚੇ ਬੁੱਚੇ ਦੇਖੋ ਜਰਾ ਦੋ ਤਿੰਨ ਦਿਨ ਹੋ ਗਏ ਬੱਚੇ ਬੱਚਿਆਂ ਦੇ ਸੁਣ ਅੱਜ ਨੀ ਬਾਹਰ ਕੱਢੇ ਅੱਜ ਨੀ ਕੱਢਿਆ ਦੋ ਤਿੰਨ ਦਿਨ ਖੁੱਡੇ ਦੇ ਵਿੱਚ ਹੀ ਗਏ ਨੇ ਅੱਖ ਨੀੜ ਕਰਦਾ ਜਾ ਰਿਹਾ ਓਦੋ ਢਿੱਲਾ ਸੀ ਓਦੋ ਢਿੱਲਾ ਵਾ ਗਰਮੀ ਦਾ ਏਡੀ ਗਰਮੀ ਭਾਵੇਂ ਗਰਮੀ ਨੇ ਚੋਰ ਕੱਢ ਦਿੱਤਾ ਬਾਂਦਰਾਂ ਦਾ ਯਕੀਨ ਕਰਕੇ ਗਰਮੀ ਦਾ ਤਾਂ ਉਹ ਲੱਗਣ ਦੇ ਆਈ ਮੇਰੀ ਅੱਖ ਦੇ ਵਿਚ ਨਿਸ਼ਾਨ ਪੈ ਗਿਆ ਇਹ ਬੱਚੇ ਦੀ ਗੱਲ ਹੋ ਰਹੀ ਸੀ ਇਹ ਬੱਚੇ ਦਾ ਡੈਡੀ ਦਾ ਸ਼ੋ ਕਰਾਉਣਾ ਮਾਸ਼ਾਅੱਲਾ ਬਾਰਾਂ ਢਿੱਲਾ ਹੋ ਗਿਆ ਯਾਰ ਸਮਾਂ ਢਿੱਲਾ ਹੋ ਗਿਆ ਮੋਬਾਈਲ ਤੇਰਾ ਫੁੱਲ ਹੀਟਅਪ ਹੋਇਆ ਫੁੱਲ ਹੀਟਅਪ ਪਾਰਟ ਜਗ੍ਹਾ ਕਿਸੇ ਨੂੰ ਕੋਈ ਗੱਲ ਨੀ ਮਾਦੀ ਦੋਸਤੋ ਸਸ਼ਾਸੇ ਮੈਨੇ ਲਈ ਆ 5000 ਰੁਪਏ ਕੀ ਕਿਉਂਕਿ ਮੇਰਾ ਜੋੜਾ ਕੰਪਲੀਟ ਹੋ ਗਿਆ 5000 ਦੀ ਕੋਈ ਗੱਲ ਨਹੀਂ ਸਾਡਾ ਛਮਾਈ 50000 ਵਾਲਾ ਜੋੜਾ ਬਣ ਗਿਆ 50000 ਦਾ ਜੋੜਾ ਬਣ ਗਿਆ ਇਨਸ਼ਾਅੱਲਾ ਓਏ 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 ਉਹ ਮਸਤੀਆਂ ਆਵੇ ਓ ਭਾਈ ਓਏ ਤੇਰੀ ਹੀ ਬੁੱਢੀ ਏ 50000 ਰੁਪਏ ਦਾ ਜੋੜਾ ਹੀ 50000 ਰੁਪਏ ਦਾ ਇਹਨਾਂ ਨਾਲ ਛੱਡਾ ਸ਼ੁਗਰ ਜੈਕ ਨਾ ਛੱਡੇ ਐ ਲੈ ਨਾਲ ਕਿ ਸ਼ਾਦੀ ਵੀ ਛੱਡ ਦੇ ਖੋਤਾ ਛੱਡ ਦਿੱਤਾ ਹੀ ਨਾਲ ਛੇ ਨਾਲ ਓਏ ਇਹਨੂੰ ਮੇਰੀ ਗੱਲ ਸੁਣ ਨਹੀਂ ਹਾਂਜੀ ਇਧਰ ਆ ਦਾ ਹਾਂਜੀ ਛਮਾਈ ਇਹਨੂੰ ਕਟਰ ਲਗਾ ਮੈਂ ਮਾਦੀ ਨੂੰ ਕਟਰ ਫੜ ਦਰਾਂ ਨਹੀਂ ਕਟਰ ਫੜ ਪਹਿਲੇ ਪਰ ਵਹਾ ਦੇ ਇੱਕ ਦਫਾ ਦੋਸਤਾਂ ਨੂੰ ਫੇਰ ਮਾਦਾ ਥਾ ਦੀਏ ਬੱਚੇ ਪਲਾ ਕਿਹੜੇ ਕੱਢਣਗੇ ਨੀਲੇ ਜ਼ੀਰੇ ਕਾਲੇ ਜ਼ੀਰੇ ਪੀਲੇ ਜ਼ੀਰੇ ਬਹੁਤ ਹੈਵੀ ਬਰੀਡ ਹੈਗੀ ਅੱਲਾ ਦੀ ਕਰਨੀ ਚੈੱਕ ਕਰ ਅੱਲਾ ਦੀ ਸ਼ਾਨ ਚੈੱਕ ਕਰ
ਕਿ ਨਰ ਸਾਡੇ ਕੋਲ ਪਹਿਲੇ ਹੀ ਤੇ ਮਾਦੀ ਵੇਲਾ ਉਹਦੀ ਵੀਡੀਓ ਬਣਾਉਣ ਗਿਆ ਸੀ ਕਿ ਮਾਦੀ ਇਹਦੇ ਨਾਲ ਦੀ ਚਾਹੀਦੀ ਇਹਦੇ ਨਾਲ ਦੀ ਹਾਂ ਹੁਣ ਇਸ ਟਾਈਮ ਤੇ ਕੱਢਣ ਨਹੀਂ ਕੰਮ ਹੁੰਦਾ ਜੀ ਜਦੋਂ ਨਿਕਲ ਜਾਏਗੀ ਬਾਹਰ ਉਦੋਂ ਕੱਢਣੀ ਗਲਾ ਮੇਰਾ ਜ਼ਾਹਿਰ ਹੈਗਾ ਹੀ ਹੈ ਨਾ ਅਸੀਂ ਉਹਨਾਂ ਨੂੰ ਵੀ ਦਿੰਦੇ ਹਾਂ ਤੇ ਉਹ ਨਹੀਂ ਮਰਦੇ ਅਸੀਂ ਮਰ ਜਾਂਗੇ ਹੈ ਨਾ ਕੈਸੀ ਗੱਲ ਹੈ ਪਾਣੀ ਸਿਰੰਜ ਲਿਆ ਆਸਨੇ ਆਵੇ ਅੱਛਾ ਜੀ ਆਏ ਹਾਏ 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 ਇਹ ਗੋਤਰ ਦਾ ਸ਼ੋਕ ਕਰਾਂ ਦੇ ਮੈਨੂੰ ਫੜ ਲੈ ਡੈਡੀ ਦਾ ਅੱਜ ਮੈਨੂੰ ਇਹਨਾਂ ਦਾ ਸ਼ੋਕ ਕਰਾਂ ਦੇ ਚਲੋ ਕੱਢੋ ਬਾਹਰ ਉਹਦੇ ਕਾਲੇ ਦਾ ਕਰਾਣੇ ਕੱਢੋ ਕੱਢੋ ਬਾਹਰ ਕੱਢੋ ਕੱਢੋ ਕਾਲਾ ਤਾਂ ਬਣਾਉਟਿਆ ਫੜ ਦੇ ਇਹਨੂੰ ਪਾਣੀ ਆਜੋ ਯਾਰ ਪਾਣੀ ਦੇ ਦੇ ਗਲੇ 'ਚ ਦੇ 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 ਸੁਣ ਨਾ ਹਾਂਜੀ ਮੋਨਾ ਜੀ ਇਹਦਾ ਬੱਚਾ ਨਿਕਲਿਆ ਇਹਦਾ ਬੱਚਾ ਜੰਗਲੀ ਥੱਲੇ ਨਿਕਲਿਆ ਥਾਵਾਂ ਥਾਵਾਂ ਜੰਗਲੀ ਥੱਲੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿਸੇ ਭਾਈ ਕੋ ਅਗਰ ਆਈਂਦਾ ਕਬੂਤਰ ਆਇਆ ਨਾ ਤੇ ਯਾਰ ਮੈਂ ਕਮੈਂਟ 'ਚ ਦੱਸਣਾ ਜ਼ਰੂਰ ਜੇ ਤੂੰ ਇੱਥੇ ਸ਼ੋਅ ਕਰਾਏਗਾ ਨਾ ਤਾਂ ਫਿਰ ਬੜਾ ਹੀ ਜਾਂਦੇ ਨਾਲ ਦੇ ਜੇ ਤੂੰ ਉੱਥੇ ਹੀ ਸ਼ੋਅ ਕਰਾਉਣਾ ਨਾ ਫੜ ਦਰਾ ਫੜ ਦਰਾ ਆ ਫੜ ਮੈਂ ਕਰਾਉਣਾ ਸ਼ੋਅ ਫਿਰ ਮੈਂ ਤੇਰੇ ਸ਼ੋਅ ਦਾ ਮੁੱਖ ਬਣਾ ਕੈਮਰਾ ਵਾਰਨਿੰਗ ਮਿਲ ਗਈ ਬੰਦ ਹੋਣ ਲੱਗਾ ਮੋਨਾ ਜੀ ਦੋਸਤੋ ਇੱਕ ਕਬੂਤਰ ਹਮਨੇ ਫ੍ਰੀ ਵਾਪਸ ਕੀਆ ਥਾ ਤੋ ਆਜ ਭਾਈ ਕਾ ਫੋਨ ਹੈ ਉਹ ਕਹਿ ਰਿਹਾ ਕਿ ਛਮਾ ਭਾਈ ਆਪਕੇ ਲਈ ਨਾ ਰਾਤ ਕੋ ਮਠਿਆਈ ਕਾ ਡੱਬਾ ਲੈ ਕੇ ਆ ਰਹੇ ਹੈ ਹਾਂਜੀ ਔਰ ਆਪਕੇ ਲਈ ਨਾ ਕੁਛ ਇਨਾਮ ਵੀ ਹੈ ਹਾਂਜੀ ਔਰ ਉਹ ਹਮਾਰਾ ਚਾਰ ਤਵਾਰ ਕਬੂਤਰ ਚੈਂਪੀਅਨ ਬਣਾ ਹੈ ਕੀ ਬਾਤ ਅਰਜੁਨ ਕੇ ਸਾਥ ਉਨਕੀ ਬਾਦੀ ਸੀ ਨਾ ਮੁਕਾਲਫੋ ਕੀ ਹਾਂਜੀ ਉਹ ਛਮਾ ਜੀ ਦੱਸੋ ਯਾਰ ਛਮਾ ਆਪਦਾ ਛਮਾ ਨਾਲ ਫੋਨ ਤੇ ਗੱਲ ਹੋਈ ਹਾਂਜੀ ਛਮਾ ਜੀ ਉਹਨੇ ਨੇ ਸਿੱਧਾ ਮੈਨੂੰ ਫੋਨ ਕਰਕੇ ਕਹਿੰਦਾ ਭਾਈ ਜਿਹੜਾ ਤੁਸੀਂ ਕਬੂਤਰ ਵਾਪਸ ਦਿੱਤਾ ਸੀ ਨਾ ਹਾਂਜੀ ਯਾਰ ਸਾਡਾ ਕਬੂਤਰ ਬੜਾ ਇਨਸ਼ਾਅੱਲਾ ਉਹਨੇ ਚੋਕਾ ਮਾਰਿਆ ਕੀ ਬਾਤ ਉਹ ਸਾਡਾ ਕਬੂਤਰ ਵਿਨਰ ਬੈਠਾ ਹੈ ਤੇ ਉਹਦਾ ਤੁਸੀਂ ਤੁਹਾਨੂੰ ਮੈਂ ਸ਼ਾਮ ਨੂੰ ਤੁਹਾਡੇ ਤੇ ਮਠਾਈ ਲੈ ਕੇ ਆਵਾਂਗਾ ਕੀ ਬਾਤ ਮੈਂ ਕਿਹਾ ਮੈਂ ਤਾਂ ਭਾਈ ਤੁਹਾਨੂੰ ਫ੍ਰੀ ਵਾਪਸ ਕੀਤਾ ਸੀ ਬੜਾ ਖੁਸ਼ ਮੈਂ ਹੈਰਾਨ ਨੂੰ ਫੜ ਕੇ ਦਿੱਤਾ ਸੀ ਕਬੂਤਰ ਮੈਂ ਹੈਰਾਨ ਲੈਟਾਂ 'ਚ ਫੜਿਆ ਨਹੀਂ ਨਹੀਂ ਜੇ ਦੋ ਸਾਲ ਫੜਿਆ ਉਹਦੀ ਵੀਡੀਓ ਉਹਦੀ ਵੀਡੀਓ ਹੈ ਖੁਦਾ ਦਾ ਸ਼ੁਕਰ ਹੈ ਖੁਦਾ ਦਾ ਸ਼ੁਕਰ ਹੈ ਮੈਂ ਜੇ ਛੇ ਲਫ਼ਜ਼ਾਂ ਨਾਲ ਹੀ ਯਾਦ ਕੀਤਾ ਨਾ ਬੰਦੇ ਨੇ ਇਹ ਥੋੜੀ ਕਿਹਾ ਕਿ ਉਹ ਚਿੜੀ ਮਾਰ ਕੋ ਡਿੱਗ ਗਿਆ ਸੀ 5000 ਦਾ ਬਾਜੀ ਚੁੱਪ ਕਰਾ ਵਿੱਚ ਆਵਾਜ਼ਾਂ ਆਉਂਦੀਆਂ ਓ ਯਾਰ ਨਹੀਂ ਆਉਂਦੀ ਯਾਰ ਉਹਦੀ ਆਵਾਜ਼ ਆ ਗਈ ਤੇ ਪੈਰ ਕੀ ਹੋ ਗਿਆ ਕੀ ਬਾਤ ਹੈ ਇਹ ਟੈਡੀ ਕਬੂਤਰ ਹੈ ਦੋਸਤੋ ਇਹਦਾ ਬੱਚਾ ਜੰਗਲੀ ਥੱਲੇ ਅੰਡੇ ਰੱਖੇ ਨੇ ਜੰਗਲੀ ਹੈਗਾ ਸੂਏ ਲਾਲ ਓਏ ਹਾਏ ਇਹਦਾ ਅੰਡੇ ਰੱਖੇ ਨੇ ਕੀ ਬਾਤ ਹੈ ਸੂਏ ਲਾਲ ਅੰਡੇ ਰੱਖਾ ਮੈਂ ਨਾ ਦੋਸਤਾਂ ਨੂੰ ਹਮਾ ਜਰਾ ਉਹ ਜੰਗਲੀ ਥੱਲੇ ਰੱਖੇ ਨੇ ਮੰਡੇ ਚਲੋ ਜੀ ਇਹ ਦੋ ਦੋਸਤੋ ਮੈਂ ਤੇਰਾ ਬੱਚਾ ਅੰਡੇ ਅੰਡੇ ਰੱਖੇ ਸੀ ਮੈਂ ਜੰਗਲੀ ਥੱਲੇ ਇੱਥੇ ਜੰਗਲੀਆਂ 'ਚ ਪੇਟੀ ਲਾਈ ਬੱਚੇ ਪਲਵਾਉਣਾ ਸੀ ਦੋਸਤੋ ਇਹ ਬੱਚਾ ਬੈਠਾ ਹੈ ਇਹ ਦੇਖਣਾ ਤਰਾ ਉਹ ਬੈਠਾ ਹੈ ਬੱਚਾ ਇਹ ਦੇਖੋ ਦੋਸਤੋ ਉਹਦਾ ਬੱਚਾ ਬੈਠਾ ਅੱਖ ਪਿਓਰ ਹੀ ਕੱਢੀ ਬਾਕੀ ਦੋਸਤੋ ਇਹ ਬੱਚਾ ਕੱਢਿਆ ਕੁਛ ਕਬੂਤਰ ਪੁੱਟਣ ਵਾਲੇ ਰਹਿ ਗਏ ਨੇ ਕੁਛ ਕਬੂਤਰ ਪੁੱਟ ਦਿੱਤੇ ਨੇ ਚੇਤਰ ਆਸੇ ਉਹ ਸੋਰੀ ਅਸੂ ਆਸੇ ਇਹ ਕਬੂਤਰ ਹੀ ਪੁੱਟਣਾ ਹੈਗਾ ਇਹ ਕਬੂਤਰ ਹੀ ਪੁੱਟਣਾ ਭੁੱਲਿਆ ਵਾਲਾ ਕਬੂਤਰ ਇਹ ਵੀ ਪੁੱਟਣਾ ਇੱਧਰ ਮੋਨਾ ਦਰਾ ਇੱਧਰ ਆ ਦਰਾ ਇੱਧਰ ਆ ਦੋ ਸਾਲ ਸ਼ੋਅ ਕਰਾ ਕਬੂਤਰ ਦਾ ਇਸ ਕਬੂਤਰ ਦਾ ਸ਼ੋਅ ਕਰਾ ਦਰਾ ਫੜ ਦਰਾ ਆ ਫੜੀ ਦਰਾ ਇੱਕ ਮਿੰਟ ਫੋਨ ਆ ਰਿਹਾ ਇੱਕ ਮਿੰਟ ਫੋਨ ਆ ਰਿਹਾ ਸਿਰਫ
ਠੀਕ ਹੈ ਛਾਂਡੀ ਹੋਏ ਕਬੂਤਰ ਨੇ ਇਹਨਾਂ ਚੋਂ ਸਿਲੈਕਟਿਡ ਕਬੂਤਰ ਮਾਸ਼ਾਅੱਲਾ ਇਹੀ ਹੈ ਇਹ ਕਬੂਤਰ ਦਾ ਮੈਨੂੰ ਕਹਿਣਾ ਛੋਕਰਾ ਐਸ ਕਬੂਤਰ ਦਾ ਕਹਿਣਾ ਮੈਂ ਛੋਕਰਾ ਓਏ ਹਾਏ 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 ਕੈਸਾ ਕਬੂਤਰ ਯਾਰ ਮਾਸ਼ਾਅੱਲਾ ਇਹ ਕਬੂਤਰ ਆਇਆ ਸਮਝੀ ਉਹ ਕਬੂਤਰ ਹੋ ਇਹ ਲਾਲ ਪੁਛਲ ਲਾ ਆਹੋ ਇਹਨੂੰ ਹੀ ਪੁੱਟਣਾ ਉੱਡਿਆ ਮਾਸ਼ਾਅੱਲਾ ਮਾਸ਼ਾਅੱਲਾ ਜਮਾਈ ਬੜਾ ਹੀ ਸੋਹਣਾ ਉੱਡਦਾ ਬਹੁਤ ਸੋਹਣਾ ਉੱਡਦਾ ਅਗਲੇ ਨੇ ਮੈਨੂੰ ਆਇਆ ਕਿ ਭਾਈ ਮੈਂ ਜੋਂਸਰਾ ਵਾ ਜੋਂਸਰੇ ਜੋਂਸਰ ਉੱਡਦੇ ਨੇ ਛਮਾਈ ਜੋਂਸਰਿਆਂ ਚ ਵਫਾ ਜੇ ਜੋਂਸਰਾ ਮਰਨੋਂ ਮਰ ਜਾਂਦਾ ਜੇ ਜਾਂਦਾ ਨੀ ਜੇ ਬਿਲਕੁਲ ਬਿਲਕੁਲ ਛਮਾਈ ਜਿਹੜੀਆਂ ਅੱਜ ਕੱਲ ਬੜੀਆਂ ਗੱਲਾਂ ਨੈਟ ਤੇ ਵੀ ਆ ਰਹੀਆਂ ਬੜੇ ਭਾਈ ਕਹਿ ਰਹੇ ਨੇ ਕਿ ਜ਼ੀਰਾ ਜਿਹੜਾ ਕਬੂਤਰ ਹੈ ਨਾ ਉਹਦੀ ਵਫਾ ਨੀ ਗੀ ਤੇ ਜ਼ੀਰਾ ਕਬੂਤਰ ਨੀ ਪੱਕੀ ਗੱਲ ਜਿੰਨਾ ਮਰਜ਼ੀ ਹੋਵੇ ਸਾਡੇ ਕੋਲ ਜਿੰਨੇ ਜ਼ੀਰੇ ਬਣੇ ਲੇਕਿਨ ਕਾਲਾ ਜ਼ੀਰਾ ਬਣਿਆ ਸੀ ਨਾ ਉਹ ਹੋਣੀ ਗਿਆ ਉਹਨੇ ਆਪਣੀ ਵਫਾ ਕਰਕੇ ਵਾਈ ਉਹਨੇ ਉੱਡਣਾ ਛੱਡਤਾ ਸੀ ਉਹਨੇ ਉੱਡਣਾ ਛੱਡਤਾ ਸੀ ਲੇਕਿਨ ਗਿਆ ਨਹੀਂ ਉਹਨੇ ਉੱਡਣਾ ਛੱਡਤਾ ਸੀ ਮਰ ਗਿਆ ਉੱਡਣੋਂ ਛੱਡ ਗਿਆ ਯਾਰ ਛੰਮਾ ਕੀ ਬਲੱਡ ਚ ਫਰਕ ਹੈ ਇਹਨਾਂ ਦੇ ਕੋਈ ਮੈਂ ਕਹਿੰਦਾ ਬ੍ਰੀਡ ਚ ਫਰਕ ਹੈ ਜੀਰੇ ਬਹੁਤ ਅੱਛੇ ਹੁੰਦੇ ਨੇ ਮੁੰਡਾ ਵੈਸੇ ਗੱਲਾਂ ਹੀ ਬਣੀਆਂ ਅਸੀਂ ਵੀ ਸੁਣੀ ਸੁਣੀ ਗੱਲਾਂ ਨੂੰ ਕਬੂਲ ਕਰ ਲੈਂਦੇ ਹਾਂ ਲੇਕਿਨ ਗੱਲਾਂ ਹੀ ਬਣੀਆਂ ਅਜੇ ਮਾਸ਼ਾਅੱਲਾ ਜੀ ਚੈੱਕ ਕਰੋ ਮਾਸ਼ਾਅੱਲਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਜੇ ਦੇਣਾ ਫਿਰ ਤੈਨੂੰ ਮਿਲ ਜਾਏਗਾ ਇਹ ਵੇਖੋ ਜੀ ਇਹ ਜੰਗਲੀ ਜੇ ਚੈੱਕ ਕਰੋ ਮਾਸ਼ਾਅੱਲਾ ਵਾਹੇ ਜਮਾ ਹਾਏ 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 ਮਾਸ਼ਾਅੱਲਾ ਚੈੱਕ ਕਰੋ ਇਹ ਜੰਗਲੀ ਥੱਲੇ ਉਹ ਜਿਹੜਾ ਟੈਡੀ ਕਬੂਤਰ ਤੁਹਾਨੂੰ ਆਇਆ ਨਾ ਦੋਸਤੋ ਉਹਦਾ ਹੀ ਬੱਚਾ ਜੇ ਚੈੱਕ ਕਰੋ ਉਹਦਾ ਓਏ 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 ਕਿੱਡੀ ਨਜ਼ਰ ਤੇਰੀ ਮੈਂ ਦੂਰੋਂ ਦੋਸਤੋ ਕੈਮਰਾ ਰੱਖ ਕੇ ਜ਼ੂਮ ਕਰਨਾ ਪਿਆ ਇੱਕ ਦਿਨ ਉਹ ਭਾਣਾ ਜੀ ਕਹਿ ਰਹੇ ਨੇ ਮੈਂ ਬਦੀਦ ਪੱਕਾ ਹੀ ਹਾਂ ਚਲੋ ਦੋਨੇ 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 ਇੱਕ ਦੀਰ ਉਹ ਇੱਕ ਇੱਕ ਜੰਗਲੀ ਤੇ ਇੱਕ ਟੈਡੀ ਇਹ ਕਿਹੜੀ ਹੈ ਮਿਕਸ ਸਬਜ਼ੀ ਬਣ ਗਈ ਹੈ ਇਹ ਤੇ ਮਿਕਸ ਸਬਜ਼ੀ ਬਣ ਗਈ ਇੱਕ ਜੰਗਲੀ ਇੱਕ ਟੈਡੀ ਜਿੰਦਾ ਵਾ ਬੜਾ ਚੰਗਾ ਬੱਚਾ ਯਾਰ ਵਾਹ ਕਿਆ ਕਹਿਣੇ ਜਿੰਦਾਬਾਦ ਬੱਚਾ ਉੱਡ ਗਿਆ ਜੀ ਬਾਕੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਕਰਨੇ ਉਹ ਨੰਬਰ ਲੈਣੇ ਬੱਚੇ ਦੋ ਮੈਂ ਕੀ ਕਹਿੰਦੇ 1500 ਦੇ ਕਹਿ ਰਿਹਾ ਦੋਵੇਂ ਲਈ ਲੈਣਾ ਯਾਰ ਮੋਨਾ ਐਵੇਂ ਤੂੰ ਚੱਕਰਾਂ 'ਚ ਪੈ ਰਹੇ ਯਾਰ ਹੈ ਐਵੇਂ ਚੱਕਰਾਂ 'ਚ ਲੈ ਉਹ ਯਾਰ ਕੋਈ ਗੱਲ ਨਹੀਂ 1500 ਲਈ ਲੈਣੇ ਆ ਫਾਟਕ ਤੇ ਗਈ ਚੱਲ ਪਾਪਾ ਨੂੰ ਜਾ ਗੱਲ ਕਰਾਂਗੇ ਹੈ ਪਾਪਾ ਨੂੰ ਪੁੱਛਣਾ ਫਿਰ ਉਹ ਭਾਈ ਆਪ ਹੀ ਕਹਿ ਰਹੇ ਨੇ ਯਾਰ ਦੇਖੋ ਮੈਂ ਬਾਜ਼ੀ ਬੂਜ਼ੀ ਨਹੀਂ ਡਾਂਦਾ ਤੇ ਕਹਿੰਦਾ ਮੈਂ ਸਿਰਫ ਨੌਕਰੀਓਂ ਨਿਕਲਿਆ ਤਾਂ ਕਹਿੰਦਾ ਮੈਂ ਜਾ ਰੱਖਿਆ ਕਹਿੰਦਾ ਯਾਰ ਤੁਸੀਂ ਆਪਣੀ ਖੁਸ਼ੀ ਨਾਲ ਵੇਖ ਲਓ ਜਿੰਨੇ ਦੇਣੇ ਪਹਿਲੇ 2000 ਤੇ ਸੀ ਹੁਣ ਕਹਿੰਦਾ 1500 ਦੇ ਦੇਣਾ ਚੱਲ ਪਾਪਾ ਨੂੰ ਪੁੱਛਦੇ ਆ ਇਹ ਗੱਲ ਦਾ ਜਾ ਕੇ ਥੱਲੇ ਫੈਸਲਾ ਕਰ ਠੀਕ ਹੈ ਉਹਨੂੰ ਜਿਹਨੂੰ ਤੂੰ ਕਿਹਾ ਸੀ ਨਾ ਉਹਨੇ ਉਹਨੂੰ ਕਿਹਾ ਹੀ ਉਹਨੇ ਕਿਹਾ ਕਿ ਸਾਜੀ ਬੱਚੇ ਦੇ ਦਿਓ ਚੱਲ ਪਾਪਾ ਨੂੰ ਪੁੱਛਦੇ ਜਾ ਕੇ ਥੱਲੇ ਮਾਸ਼ਾਅੱਲਾ ਚਲੋ ਛਮਾਈ ਬਾਕੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੁਹਾਡੇ ਆਸੇ ਐਡੀ ਗਰਮੀ ਜੀ ਖਲੋਤੇ ਆ ਆਪਣਾ ਪਿਆਰ ਦਾ ਇਜ਼ਹਾਰ ਦਾਇਆ ਕਰੋ ਤੁਹਾਡੀ ਮਿਹਰਬਾਨੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਆ ਕਰੋ ਐਡੀ ਗਰਮੀ ਦੇ ਪਰਸੀਨਿਓ ਪਰਸੀਨੀ ਆਪਣੇ ਆਪ ਤੋਂ ਬਾਜ਼ਾਰ ਹੋ ਜਾਂਦਾ ਬੰਦਾ ਐਡੀ ਗਰਮੀ ਉੱਤੇ ਛੱਡ ਕੇ ਬਾਕੀ ਇਨਸ਼ਾਅੱਲਾ ਮਿਲਨੇ ਤੁਹਾਨੂੰ ਨੈਕਸਟ ਵੀਡੀਓ ਵਿੱਚ ਓਕੇ ਜੀ ਅੱਲਾ ਹਾਫਿਜ਼